आरोग्यम आयुर्वेदिक एलर्जी अस्पताल मरीजा दी सेवा करके विश्व प्रसिद्धि हासिल कर चुके है। ते तो अनु ये जान के हैरानी होगी कि 20-20 40-40 60-60 साल पुरानी एलर्जी या पुराना जुकाम इस जगह ते आके ठीक होता है। ते आज मैं तो अड़ी मुलाकात आरोग्यम आयुर्वेदिक एलर्जी हॉस्पिटल के डायरेक्टर सतनाम सिंह जी मौजूद ने। ਸਤਨਾਮ ਸਿੰਘ ਜੀ ਤੁਹਾਡਾ ਅਸੀਂ ਨਿੱਘਾ ਸਵਾਗਤ ਕਰਦੇ ਹਾਂ। ਡਾਕਟਰ ਸਾਹਿਬ ਤੁਸੀਂ ਮੈਨੂੰ ਇਹ ਦੱਸੋ ਕਿ ਐਲਰਜੀ ਕਿਹੜੀ ਵਜ੍ਹਾ ਕਰਕੇ ਹੁੰਦੀ ਹੈ? ਐਲਰਜੀ ਦੇ ਕਾਰਨਾਂ ਵਿੱਚ ਸਭ ਤੋਂ ਪਹਿਲਾਂ ਅਸੀਂ ਦੇਖਦੇ ਹਾਂ ਮਿੱਟੀ ਘੱਟੇ ਤੋਂ ਸਭ ਤੋਂ ਜ਼ਿਆਦਾ ਐਲਰਜੀ ਦੇਖੀ ਗਈ ਹੈ ਜੀ। ਹਿਊਮਸ ਜਿਹੜਾ ਬਾਥਰੂਮ ਹੈ ਉਹਨਾਂ ਜਾਣ ਨਾਲ ਇੱਕਦਮ ਨਿੱਛਾਂ ਸ਼ੁਰੂ ਹੋ ਜਾਂਦੀਆਂ, ਛਿੱਕਾਂ ਸ਼ੁਰੂ ਹੋ ਜਾਂਦੀਆਂ ਨੇ, ਗਲੇ ਜਿਹੜੇ ਛਿੜਕਦਾ ਜੀ। ਠੰਡੇ ਤੋਂ ਗਰਮ ਜਾਣਾ, ਏਸੀ ਜਿੱਥੇ ਜ਼ਿਆਦਾ ਟੈਂਪਰੇਚਰ ਡਿਫਰੈਂਸ ਜ਼ਿਆਦਾ ਆ ਬਾਹਰਲੇ ਮੁਲਕਾਂ 'ਚ ਜਾਂ ਇੱਥੇ ਇੰਡੀਆ 'ਚ ਵੀ, ਜਦੋਂ ਏਸੀ ਤੋਂ ਬਾਹਰ ਜਾਣਾ, ਗਰਮੀ ਗਰਮੀ ਤੋਂ ਠੰਡੇ ਜਾਣਾ, ਇਹਦੇ ਨਾਲ ਵੀ ਐਲਰਜੀ ਹੁੰਦੀ ਹੈ। ਦੂਸਰੀ, ਰਸੋਈ ਵਿੱਚ ਤੜਕਾ ਲੱਗ ਰਿਹਾ ਉਹਦੀ ਸਮੈਲ ਨਾਲ, ਪਰਫਿਊਮ ਛਿੜਕਿਆ ਤਾਂ ਉਹਦੇ ਨਾਲ ਛਿੱਕਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ, ਐਲਰਜੀ ਹੋ ਜਾਂਦੀ ਹੈ। ਫਰਿੱਜ ਖੋਲਿਆ ਉਹਦੇ ਨਾਲ ਛਿੱਕਾਂ ਆਉਣੀਆਂ ਸ਼ੁਰੂ ਹੋ ਗਈਆਂ। ਸੋ ਇਸ ਤਰ੍ਹਾਂ ਬਹੁਤ ਸਾਰੇ ਕਾਰਨ ਆ, ਪਰ ਆਯੁਰਵੇਦ ਦੇ ਵਿੱਚ ਜਿਹੜਾ ਹੈ ਨਾ ਅਸੀਂ ਇਲਾਜ ਜਿਹੜਾ ਕਰਦੇ ਹਾਂ ਉਹ ਕਾਰਨਾਂ ਨੂੰ ਬਹੁਤਾ ਸਾਨੂੰ ਜਾਣਨ ਦੀ ਬਹੁਤੀ ਲੋੜ ਨਹੀਂ ਪੈਂਦੀ, ਕਿਉਂਕਿ ਅਸੀਂ ਸਰੀਰ ਨੂੰ ਹੀ ਇੰਨਾ ਤਾਕਤਵਰ ਬਣਾ ਦੇਣਾ, ਇਮਿਊਨਿਟੀ ਇੰਨੀ ਵਧਾ ਦੇਣੀ ਹੈ ਆਯੁਰਵੇਦਿਕ ਦਵਾਈਆਂ ਨਾਲ ਕਿ ਕਿਸੇ ਤਰ੍ਹਾਂ ਦੀ ਵੀ ਐਲਰਜੀ ਨਾਲ ਜੂਝ ਸਕੇ, ਉਹਦਾ ਕੋਈ ਅਸਰ ਹੀ ਨਾ ਹੋਵੇ ਸਰੀਰ ਦੇ ਉੱਪਰ। ਬਿਲਕੁਲ ਬਿਲਕੁਲ, ਨਾਲੇ ਜਿੱਦਾਂ ਆਪਣੇ ਹਿੰਦੁਸਤਾਨ ਦੇ ਵਿੱਚ ਤੁਹਾਨੂੰ ਪਤਾ ਮਿੱਟੀ ਧੂੜ ਬਹੁਤ ਹੁੰਦੀ ਹੈ, ਕਈ ਹੁਣ ਦੁਨੀਆ ਦੇ ਮੁਲਕ ਨੇ ਜਿੱਥੇ ਮਿੱਟੀ ਹੋਈ ਨੀ ਹੈਗੀ ਉਹਨਾਂ ਨੂੰ ਤਾਂ ਕੋਈ ਏਦਾਂ ਨੀ, ਪਰ ਸਾਡਾ ਮੁਲਕ ਜਿਹੜਾ ਖੇਤੀਬਾੜੀ ਪ੍ਰਧਾਨ ਹੈ ਨਾ, ਆਪ ਕਦੇ ਫਸਲਾਂ ਕੱਟ ਰਹੇ ਨੇ ਤਾਂ ਤੁਹਾਨੂੰ ਦਮਾ ਜਾਂ ਖਾਂਸੀ ਜਾਂ ਜੁਕਾਮ ਹੋ ਗਿਆ ਹੈ ਨਾ। ਅਸੀਂ ਐਲੋਪੈਥੀ ਨਾਲੋਂ ਆਯੁਰਵੇਦਾ ਨੂੰ ਕਿਉਂ ਬਿਹਤਰ ਮੰਨਦੇ ਆ? ਕੀ ਵਜ੍ਹਾ ਹੈ ਕਿ ਲੋਕ ਅੱਜ ਕੱਲ ਇਸ ਨੂੰ ਥੋੜਾ ਤਵੱਜੋ ਜ਼ਿਆਦਾ ਦੇਣ ਲੱਗ ਗਏ ਨੇ? ਇੱਕ ਅਮੈਰੀਕਨ ਗਾਈਡ ਟੂ ਨੈਚੁਰਲ ਹੈਲਥ ਕਿਤਾਬ ਹੈ ਜਿਹਦੇ ਵਿੱਚ ਇਹ ਲਿਖਿਆ ਹੈ ਕਿ ਓਵਰ ਯੂਜ ਜਿਹੜਾ ਹੈ ਨਾ ਨੇਜ਼ਲ ਸਪਰੇਅ ਦਾ ਜਾਂ ਡ੍ਰੋਪਸ ਜਿਹੜੇ ਨੱਕ ਚ ਪਾਏ ਜਾਂਦੇ ਐਲਰਜੀ ਲਈ ਨਿੱਛਾਂ ਲਈ, ਉਹਨਾਂ ਨਾਲ ਜ਼ਿਆਦਾ ਹੀ ਵਰਤੋਂ ਨਾਲ ਉਹਨਾਂ ਦੀ ਨੱਕ ਦੀ ਝਿੱਲੀ ਵੱਧ ਜਾਂਦੀ ਹੈ, ਜਿਹਨੂੰ ਪੋਲਿਪ ਕਹਿੰਦੇ, ਨੇਜ਼ਲ ਪੋਲਿਪਸ ਬਣ ਜਾਂਦੇ ਨੇ। ਔਰ ਇਹ ਸੱਚੀ ਗੱਲ ਵੀ ਹੈ, ਜਿਨ੍ਹਾਂ ਦੇ ਵਿੱਚ ਨੱਕ ਦਾ ਮਾਸ ਵਧਿਆ ਹੋਵੇ ਉਹਨਾਂ 'ਚ ਫਿਰ ਇਲਾਜ ਜਿਹੜਾ ਲੰਬਾ ਚੱਲਦਾ, ਇਲਾਜ ਥੋੜਾ ਜਿਹਾ ਔਖਾ ਹੋ ਜਾਂਦਾ, ਪਰ ਠੀਕ ਤਾਂ ਹੋ ਜਾਂਦਾ ਪਰ ਔਖਾ ਹੋ ਜਾਂਦਾ। ਜਾਂ ਹੁਣ ਇਹ ਨੱਕ ਦੀ ਝਿੱਲੀ ਜਿਹੜੀ ਆ ਉਹ ਵੱਧ ਕੇ ਪੋਲੇ ਬਣਾ ਦਿੰਦੀ ਹੈ ਇਹ ਨਾ ਜ਼ਿਆਦਾ ਵਰਤੋਂ ਨਾਲ, ਇਹ ਅਮੈਰੀਕਾ ਦੀ ਕਿਤਾਬ ਕਹਿੰਦੀ, ਮੈਂ ਨਹੀਂ ਕਹਿੰਦਾ। ਅੱਛਾ ਜੀ, ਬਿਲਕੁਲ ਸਹੀ ਗੱਲ ਹੈ। ਦੂਸਰੀ ਗੱਲ, ਹੁਣ ਜਿਹੜੇ ਬੰਦੇ ਨੂੰ ਪੁਰਾਣਾ ਜੁਕਾਮ ਜਾਂ ਦਮਾ ਆ ਜਾਂ ਐਲਰਜੀ ਦੀ ਸ਼ਿਕਾਇਤ ਹੈ ਉਹਨੂੰ ਸਟੀਰੋਇਡ ਲੈਣੇ ਪੈਂਦੇ ਆ। ਸਟੀਰੋਇਡ ਤੁਹਾਨੂੰ ਪਤਾ ਇਮਿਊਨਿਟੀ ਸਰੀਰ ਦੀ ਬਿਮਾਰੀ ਨਾਲ ਲੜਨ ਦੀ ਤਾਕਤ ਨੂੰ ਕਿੰਨਾ ਘਟਾ ਦਿੰਦੀ ਹੈ। ਸਟੀਰੋਇਡ 10 ਸਾਲ ਤੁਹਾਡੀ ਪੁਰਾਣੀ ਬਿਮਾਰੀ ਹੈ ਔਰ 10 ਸਾਲ ਤੁਸੀਂ ਸਟੀਰੋਇਡ ਖਾ ਲਏ, ਤੁਹਾਡਾ ਸਰੀਰ ਕਿੱਥੇ ਗਿਆ? ਔਰ ਜਿੰਨੀ ਪੁਰਾਣੀ ਬਿਮਾਰੀ ਹੋਈ ਜਾਣੀ ਹੈ ਉਨਾ ਇਲਾਜ ਵੀ ਔਖਾ ਹੋਈ ਜਾਣਾ, ਸਟੀਰੋਇਡ ਨੇ ਸਰੀਰ ਦਾ ਹਾਲ ਵੀ ਬੁਰਾ ਕਰੀ ਜਾਂਦਾ। ਸੋ ਇਸ ਕਰਕੇ ਆਯੁਰਵੇਦ ਜਿਹੜਾ ਬਿਮਾਰੀ ਨੂੰ ਜੜੋਂ ਖਤਮ ਕਰਦਾ ਪੁਰਾਣੀ ਬਿਮਾਰੀ। ਮੈਂ ਨੀ ਕਹਿੰਦਾ ਆਯੁਰਵੇਦ ਐਲੋਪੈਥੀ ਨੂੰ ਵਧੀਆ ਜਾਂ ਐਲੋਪੈਥੀ ਆਯੁਰਵੇਦ ਨੂੰ ਵਧੀਆ, ਐਲੋਪੈਥੀ ਇੱਕ ਦਿਨ ਲਈ ਠੀਕ ਕਰਦੀ ਹੈ ਬਿਮਾਰੀ ਨੂੰ, ਆਯੁਰਵੇਦ ਜਿਹੜਾ ਜੜੋਂ ਖਤਮ ਕਰਦਾ ਔਰ ਸਾਈਡ ਇਫੈਕਟ ਕੋਈ। ਬਿਲਕੁਲ, ਪੁਰਾਣੀ ਬਿਮਾਰੀ ਚ ਰੋਜ਼ ਤੁਹਾਨੂੰ ਦਵਾਈ ਖਾਣੀ ਪੈ ਰਹੀ ਹੈ, ਠੀਕ ਫਿਰ ਨੀ ਤੁਸੀਂ ਹੋ ਰਹੇ, ਜੜੋਂ ਬਿਮਾਰੀ ਫਿਰ ਨੀ ਖਤਮ ਹੋ ਰਹੀ, ਸਾਈਡ ਇਫੈਕਟ ਤੁਹਾਡੇ ਅੰਦਰ ਵੜੀ ਜਾ ਰਹੇ, ਸਰੀਰ ਤੁਹਾਡਾ ਕਮਜ਼ੋਰ ਹੋਈ ਜਾ ਰਿਹਾ। ਤੁਸੀਂ 10 ਸਾਲਾਂ ਬਾਅਦ ਆਪਣੇ ਆਪ ਨੂੰ ਦੇਖੋਗੇ ਤਾਂ ਕੀ ਸਰੀਰ ਦੀ ਹਾਲਤ ਕਿੱਦਾਂ ਦੀ ਹੋਏਗੀ, ਇਮਿਊਨਿਟੀ ਕਿੰਨੀ ਡਾਊਨ ਹੋਏਗੀ, ਇੱਕ ਦੇ ਨਾਲ ਹੋਰ ਬਿਮਾਰੀਆਂ ਵੀ ਤੁਹਾਨੂੰ ਲੱਗ ਸਕਦੀਆਂ। ਸੋ ਇਸ ਕਰਕੇ ਆਯੁਰਵੇਦ ਤੇ ਆਹਾਰ ਵਿਹਾਰ ਬਦਲਣਾ, ਜੇ ਬਿਮਾਰੀਆਂ ਠੀਕ ਹੁੰਦੀਆਂ ਹੋਣ ਬਿਨਾਂ ਸਾਈਡ ਇਫੈਕਟ ਤੋਂ, ਤਾਂ ਕਿਉਂ ਨਾ ਆਯੁਰਵੇਦ ਨੂੰ ਅਪਣਾਇਆ ਜਾਵੇ। 20-22 ਸਾਲ ਤੋਂ ਐਲਰਜੀ ਦੀ ਬਿਮਾਰੀ ਤੋਂ ਮੈਂ ਬਹੁਤ ਤੰਗ ਸੀ, ਤੇ ਅੰਗਰੇਜ਼ੀ ਦਵਾਈ ਖਾ ਖਾ ਕੇ ਮੇਰਾ ਸਰੀਰ ਅੱਧਾ ਰਹਿ ਗਿਆ ਸੀ। ਮੈਂ ਆਰੋਗਿਅਮ ਤੋਂ ਆਯੁਰਵੇਦ ਦਵਾਈ ਲਈ ਸੀ ਤੇ ਹੁਣ ਮੈਂ ਬਿਲਕੁਲ ਠੀਕ ਹੋ ਗਿਆ ਹਾਂ। 2 ਸਾਲ ਪਹਿਲੇ ਮੈਂ ਇਹਨਾਂ ਕੋਲ ਐਲਰਜੀ ਦਵਾਈ ਖਾਧੀ ਸੀ, ਉਸ ਤੋਂ ਬਾਅਦ ਮੈਂ ਬਿਲਕੁਲ ਠੀਕ ਹਾਂ, ਮੈਨੂੰ ਕਿਸੇ ਕਿਸਮ ਦੀ ਕੋਈ ਸ਼ਿਕਾਇਤ ਨਹੀਂ। ਉਸ ਤੋਂ ਬਾਅਦ ਨਜ਼ਲਾ ਵੀ ਸੀ ਮੈਨੂੰ, ਜ਼ੁਕਾਮ ਵੀ ਸੀ, ਉਹ ਵੀ ਮੇਰਾ ਬਿਲਕੁਲ ਠੀਕ ਹੋ ਗਿਆ। ਇਹ ਐਲਰਜੀ ਆਮ ਇੱਕ ਬਿਮਾਰੀ ਹੋ ਗਈ ਹੈ, ਕਿਹੜੇ ਲੱਛਣ ਨੇ ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਇਹ ਮਰੀਜ਼ ਨੂੰ ਐਲਰਜੀ ਹੈ ਜਾਂ ਪੁਰਾਣਾ ਜ਼ੁਕਾਮ ਹੈ ਜਾਂ ਦਮਾ ਹੈ? ਪੁਰਾਣੇ ਜ਼ੁਕਾਮ 'ਚ ਕੀ ਹੈ ਕਿ ਜਦੋਂ ਵੀ ਐਲਰਜੀ ਦੇ ਕੰਨ ਜਿਹੜੇ ਨੇ ਨੱਕ ਦੀ ਝਿੱਲੀ ਨਾਲ ਟੱਚ ਕਰਦੇ ਨੇ, ਉਹਦੇ ਨਾਲ ਉਹਦੇ ਕੰਟੈਕਟ 'ਚ ਆਉਂਦੇ ਨੇ, ਸਾਡੀ ਨੱਕ ਦੀ ਝਿੱਲੀ ਜਿਹੜੀ ਆ ਉਹ ਨੋਰਮਲ ਰਿਐਕਟ ਨਹੀਂ ਕਰਦੀ, ਓਵਰ ਰਿਐਕਟ ਕਰਦੀ, ਜਿਹਨੂੰ ਅਸੀਂ ਐਲਰਜੀ ਕਹਿੰਦੇ ਹਾਂ। ਨੱਕ ਦੀ ਝਿੱਲੀ ਜਦੋਂ ਓਵਰ ਰਿਐਕਟ ਕਰੇਗੀ ਜਾਂ ਲਾਲ ਹੋ ਜਾਏਗੀ ਜਾਂ ਉਹ 'ਚ ਖਾਰਿਸ਼ ਹੋਏਗੀ ਜਾਂ ਉਹ 'ਚ ਰੇਸ਼ਾ ਜ਼ਿਆਦਾ ਬਣੇਗਾ, ਇਹ ਰੇਸ਼ਾ ਜਿੰਨਾ ਜ਼ਿਆਦਾ ਬਣਦਾ ਹੈ ਇਹ ਅੱਗੇ ਜਾਂਦਾ ਹੈ ਕੰਨਾਂ ਵਾਲੀ ਸਾਈਡ, ਸਿਰ ਵਾਲੀ ਸਾਈਡ ਨੂੰ, ਅੱਖਾਂ ਵਾਲੀ ਸਾਈਡ ਨੂੰ, ਗਲੇ 'ਚ ਟਿਕਦਾ ਰਹਿੰਦਾ। ਸੋ
ਕੰਨਾਂ ਵਾਲੀ ਸਾਈਡ ਜਾ ਕੇ ਕੰਨਾਂ ਚ ਸ਼ਾਸ਼ਾਂ ਦੀ ਆਵਾਜ਼ ਜ਼ਿਆਦਾ ਆਉਂਦੀ ਹੈ, ਕੰਨ ਭਾਰੇ ਭਾਰੇ ਜੇ ਰਹਿੰਦੇ ਨੇ, ਸਿਰ ਭਾਰਾ ਰਹਿ ਸਕਦਾ, ਅੱਖਾਂ ਵਿੱਚ ਖਾਰਿਸ਼ ਹੁੰਦੀ, ਅੱਖਾਂ ਘੁੱਟੀਆਂ ਰਹਿ ਸਕਦੀਆਂ ਨੇ, ਅੱਖਾਂ ਚ ਪਾਣੀ ਜ਼ਿਆਦਾ ਵੱਗਦਾ, ਅੱਖਾਂ ਲਾਲ ਹੋ ਜਾਂਦੀਆਂ ਨੇ. ਜਿਹੜੇ ਮੇਨ ਲੱਛਣ ਚ ਹਰ ਮਰੀਜ਼ ਨੂੰ ਆਉਂਦੇ ਨੇ ਸਾਹਮਣੇ, ਉਹ ਹੈ ਕਿ ਗਲੇ ਵਿੱਚ ਰੇਸ਼ਾ ਡਿੱਗਦਾ, ਗਲੇ ਵਿੱਚ ਨਾ ਖਰਖਰੀ ਜਿਹੀ ਹੁੰਦੀ ਰਹਿੰਦੀ ਹੈ, ਮਰੀਜ਼ ਨੂੰ ਲੱਗਦਾ ਮੇਰੇ ਸਿਰ ਤੋਂ ਰੇਸ਼ਾ ਗਲੇ ਵੱਲ ਡਿੱਗ ਰਿਹਾ. ਬਿਲਕੁਲ ਬਿਲਕੁਲ, ਇਹ ਆਮ ਅਹਿਮ ਲੱਛਣ ਆ ਐਲਰਜੀ, ਨੱਕ ਦੀ ਐਲਰਜੀ ਦਾ. ਔਰ ਪਲੱਸ ਨਿੱਛਾਂ ਬਹੁਤ ਆਉਂਦੀਆਂ, ਮਰੀਜ਼ ਸਵੇਰੇ ਉੱਠਦਾ 20-30 ਨਿੱਛਾਂ ਲਗਾਤਾਰ ਮਾਰਦਾ ਰਹਿੰਦਾ, ਤੋ ਇਹ ਸਾਰਾ ਦਿਨ ਨਿੱਛਾਂ ਹੀ ਆਈ ਜਾਣਗੀਆਂ ਕਈਆਂ ਨੂੰ. ਨੱਕ ਬੰਦ ਰਹੂਗਾ ਜਾਂ ਨੱਕ ਵਗਦਾ ਹੀ ਰਹੂਗਾ. ਨੱਕ ਬੰਦ ਜ਼ਿਆਦਾਤਰ ਉਹਨਾਂ ਮਰੀਜ਼ਾਂ 'ਚ ਹੁੰਦਾ ਜਿਹਨਾਂ ਵਿੱਚ ਨੱਕ ਵਿੱਚ ਮਾਸ ਵੀ ਵਧਿਆ ਹੁੰਦਾ ਜਾਂ ਨੱਕ ਦੀ ਹੱਡੀ ਟੇਢੀ ਹੁੰਦੀ ਆ, ਉਹਨਾਂ ਵਿੱਚ ਨੱਕ ਜਿਹੜਾ ਬੰਦ ਰਹਿਣ ਦੀ ਸ਼ਿਕਾਇਤ ਬਹੁਤ ਹੁੰਦੀ. ਜਿਵੇਂ ਪੁਰਾਣਾ ਜ਼ੁਕਾਮ ਜਿਹੜਾ ਆ, ਇਹਦਾ ਜਿਹੜਾ ਰੇਸ਼ਾ ਗਲੇ 'ਚ ਡਿੱਗਦਾ ਜਿਹੜਾ, ਇਹ ਹੌਲੀ ਹੌਲੀ ਜਿਹੜਾ ਛਾਤੀ ਵਾਲੇ ਪਾਸੇ ਜਾਂਦਾ, ਛਾਤ ਫੇਫੜਿਆਂ ਦੇ ਅੰਦਰ ਜਿਹੜੀਆਂ ਟਿਊਬਾਂ ਨੇ ਉਹਨਾਂ ਦੇ ਅੰਦਰ ਮਿਊਕਸ ਮੈਂਬਰੇਨ ਦੀ ਐਲਰਜੀ ਕਰ ਦਿੰਦਾ, ਟਿਊਬਾਂ ਟਾਈਟ ਹੋ ਜਾਂਦੀਆਂ, ਅੰਦਰ ਰੇਸ਼ਾ ਇਕੱਠਾ ਹੋ ਜਾਂਦਾ, ਸੋ ਮਰੀਜ਼ ਨੂੰ ਸਾਹ ਆਉਣਾ ਔਖਾ ਹੁੰਦਾ, ਕਈ ਵਾਰੀ ਸਾਹ ਫੁੱਲਦਾ, ਥੋੜਾ ਜਿਹਾ ਚੱਲਣ ਤੇ ਸਾਹ ਚੜਦਾ, ਥੋੜਾ ਜਿਹਾ ਕੰਮ ਕਰ ਲਿਆ ਸਾਹ ਚੜਦਾ. ਔਰ ਇਹ ਜਿਹੜੇ ਰੇਸ਼ਾ ਇਕੱਠਾ, ਇਹਨੂੰ ਬਾਹਰ ਕੱਢਣ ਲਈ ਮਰੀਜ਼ ਨੂੰ ਜ਼ੋਰ ਬਹੁਤ ਲਾਉਣਾ ਪੈਂਦਾ, ਜਿਵੇਂ ਉਹ ਖਾਂਸੀ ਬਹੁਤ ਕਰਦਾ, ਬਲਗਮ ਕੱਢਣ ਲਈ ਉਹਨੂੰ ਛਾਤੀ ਵਿੱਚ ਦਰਦ ਵੀ ਹੁੰਦੀ, ਕਈ ਵਾਰੀ ਖਾਂਸੀ ਆਉਂਦੀ ਰਹਿੰਦੀ ਹੈ, ਸੀਟੀਆਂ ਦੀ ਆਵਾਜ਼ ਆਊਗੀ ਛਾਤੀ ਵਿੱਚੋਂ. ਸੋ ਇਹ ਜਿਹੜੀਆਂ ਦਿੱਕਤਾਂ ਆ, ਉਹਨੂੰ ਅਸੀਂ ਕਹਿੰਦੇ ਹਾਂ ਦਮਾ ਹੋ ਜਾਣਾ. ਸੋ ਪੁਰਾਣਾ ਜ਼ੁਕਾਮ ਜਿਹੜਾ ਦਮੇ ਦਾ ਰੂਪ ਧਾਰਨ ਕਰ ਲੈਂਦਾ, ਸੋ ਇਸ ਕਰਕੇ ਪੁਰਾਣੇ ਜ਼ੁਕਾਮ ਨੂੰ ਸੀਰੀਅਸਲੀ ਲੈਣਾ ਚਾਹੀਦਾ, ਇਹਦਾ ਇਲਾਜ ਜਲਦੀ ਤੋਂ ਜਲਦੀ ਕਰਾਉਣਾ ਚਾਹੀਦਾ, ਨਹੀਂ ਤਾਂ ਫਿਰ ਇਹ ਦਮੇ ਦਾ ਰੂਪ ਧਾਰਨ ਕਰ ਲੇਗਾ ਤੇ ਫੇਫੜਿਆਂ ਦਾ ਹੋਰ ਨੁਕਸਾਨ ਕਰੇਗਾ. ਚਮੜੀ ਦੀ ਐਲਰਜੀ ਵਿੱਚ ਮਰੀਜ਼ ਨੂੰ ਖਾਰਿਸ਼ ਬਹੁਤ ਹੁੰਦੀ ਆ, ਖਾਰਿਸ਼ ਜਿਹੜਾ ਅਹਿਮ ਲੱਛਣ ਆ, ਮਰੀਜ਼ ਖਾਰਿਸ਼ ਕਰਕੇ ਤੰਗ ਆ ਜਾਂਦਾ, ਲਾਲ ਲਾਲ ਰੰਗ ਦੇ ਦਾਣੇ ਆ, ਲਾਲ ਲਾਲ ਰੰਗ ਦੇ ਜਿਹੜੇ ਫਫੋਲੇ ਜਿਹਨੂੰ ਕਹਿੰਦੇ ਆ, ਉਹ ਮਰੀਜ਼ ਦੇ ਛਾਲੇ ਪੈ ਜਾਂਦੇ, ਲਾਲ ਰੰਗ ਦੇ, ਲਾਲ ਰੰਗ ਦੇ ਨਿਸ਼ਾਨ ਪੈ ਜਾਂਦੇ ਆ ਚਮੜੀ ਦੇ ਉੱਪਰ. ਹੁਣ ਉਹਦੇ ਚ ਲਾਲ ਤੇ ਕਾਲੇ ਰੰਗ ਦੀਆਂ ਗੰਢਾਂ ਵੀ ਪੈ ਸਕਦੀਆਂ ਨੇ. ਅੱਛਾ ਜੀ, ਹਾਂਜੀ. ਸੋ ਚਮੜੀ ਦੇ ਉੱਪਰ ਛਾਲੇ ਪੈ ਜਾਣੇ, ਜ਼ੋਰ ਦੀ ਖਾਰਿਸ਼ ਨਾਲ ਉਹ ਚ ਪਾਣੀ ਵੀ ਰਿਸਦਾ, ਜਿਹਨੂੰ ਐਗਜ਼ੀਮਾ ਕਹਿ ਦਿੰਦੇ. ਫਿਰ ਅਸੀਂ ਗੱਲ ਕਰਦੇ ਹਾਂ ਕਣਕ ਤੋਂ ਤੇ ਦੁੱਧ ਤੋਂ ਐਲਰਜੀ, ਇਹ ਜ਼ਿਆਦਾਤਰ ਬੱਚਿਆਂ ਵਿੱਚ ਹੁੰਦੀ ਹੈ, ਛੋਟੀ ਉਮਰ ਦੇ ਜਿਹੜੇ ਲੋਕ ਆ ਉਹਨਾਂ ਚ ਕੀ ਹੁੰਦਾ, ਕਣਕ ਜਾਂ ਦੁੱਧ ਖਾਧਾ ਤੇ ਉਹਦੇ ਨਾਲ ਪੇਟ ਉਹਨੂੰ ਪਚਾ ਨਹੀਂ ਪਾਉਂਦਾ, ਉਹ ਤੋਂ ਐਲਰਜੀ ਅੰਦਰਲੀ ਜਿਹੜੀ ਝਿੱਲੀ ਹੈ ਕੱਟ ਦੀ, ਉਹ ਉਹਦੇ ਅਗੇਂਸਟ ਰਿਐਕਸ਼ਨ ਦਿੰਦੀ ਹੈ, ਜਿਹਦੇ ਨਾਲ ਬੱਚਿਆਂ ਦੇ ਵਿੱਚ ਜ਼ਿਆਦਾਤਰ ਸਿਹਤ ਨਹੀਂ ਬਣਦੀ, ਖੂਨ ਘੱਟ ਜਾਂਦਾ. ਅੱਛਾ, ਜਦੋਂ ਇਲਾਜ ਸ਼ੁਰੂ ਕਰਦੇ ਹੋ ਉਹ ਕਿੱਦਾਂ ਕਰਦੇ ਹੋ ਇਲਾਜ? 3-4 ਮਹੀਨੇ ਦੇ ਅੰਦਰ ਅਸੀਂ ਮਰੀਜ਼ ਦਾ ਇਲਾਜ ਦੀ ਦਵਾਈਆਂ ਦਿੰਦੇ ਹਾਂ ਮਰੀਜ਼ ਨੂੰ ਜੀ. ਹੁਣ 3-4 ਮਹੀਨੇ ਦੇ ਵਿੱਚ ਬਹੁਤੇ ਮਰੀਜ਼ਾਂ 'ਚ ਜਿਹੜੀ ਐਲਰਜੀ ਠੀਕ ਹੋ ਜਾਂਦੀ ਹੈ. ਅੱਛਾ ਜੀ, ਸਾਡੇ ਇਸ ਸਾਲ ਦਾ ਜਿਹੜਾ ਡਾਟਾ ਆ ਉਹ ਕਹਿੰਦਾ ਵੀ 95% ਮਰੀਜ਼ ਜਿਹੜੇ ਨੇ ਸਾਡੇ ਐਲਰਜੀ ਦੇ ਉਹ 3-4, 6 ਮਹੀਨੇ ਦਵਾਈ ਖਾ ਕੇ ਠੀਕ ਹੋ ਰਹੇ. ਇਲਾਜ ਜਿਹੜਾ ਅਸੀਂ ਮਰੀਜ਼ ਨੂੰ ਕਹਿੰਦੇ ਹਾਂ ਵੀ 1.5 ਮਹੀਨੇ ਤੈਨੂੰ ਦਵਾਈ ਦਾ ਬਹੁਤ ਅਸਰ ਨਹੀਂ ਹੋਣਾ, ਕਿਉਂਕਿ ਅੰਗਰੇਜ਼ੀ ਦਵਾਈ ਨਹੀਂ ਹੈ, ਵੀ ਇੱਕ ਡੋਜ਼ ਖਾਧੀ ਤਾਂ ਇੱਕ ਦਿਨ ਲਈ ਆਰਾਮ ਆ ਗਿਆ, ਪਰ ਮੁੜ ਕੇ ਫਿਰ ਬਿਮਾਰੀ ਜ਼ਿਆਦਾ ਉਹਦੇ ਲਈ ਜ਼ਿਆਦਾ ਡੋਜ਼ ਖਾਣੀ ਪਵੇ ਜਾਂ ਬਿਮਾਰੀ ਜ਼ਿਆਦਾ ਅੱਗੇ ਵਧੇ. ਸੋ ਅਸੀਂ ਜਿਹੜਾ ਇਲਾਜ ਕਰਦੇ ਹਾਂ ਉਹਦੇ ਨਾਲ ਆਰਾਮ ਹੌਲੀ ਹੌਲੀ ਰਹਿੰਦਾ, ਪਰ ਜਿਹੜਾ ਖਤਮ ਹੁੰਦੀ ਬਿਮਾਰੀ, ਆਯੁਰਵੇਦ ਦਾ ਸਿਧਾਂਤ ਹੈ. ਔਰ ਗੇਹੂੰ ਜਾਂ ਕਣਕ ਦੀ ਐਲਰਜੀ 'ਚ ਇੱਦਾਂ ਸਿਧਾਂਤ ਸਾਡਾ ਕੰਮ ਕਰਦਾ ਵੀ ਜਿਵੇਂ ਚੱਕੀ ਵਿੱਚ ਜਿੰਨਾ ਜਿਹੜਾ ਮਰਜ਼ੀ ਚੱਕੀ ਵਿੱਚ ਇੰਨੀ ਤਾਕਤ ਹੋਵੇ, ਸਾਡੀਆਂ ਆਦਤਾਂ ਵਿੱਚ ਇੰਨੀ ਤਾਕਤ ਹੋਵੇ, ਜਿੱਦਾਂ ਦਾ ਮਰਜ਼ੀ ਅਸੀਂ ਖਾਣਾ ਖਾ ਲਈਏ ਸਾਡਾ ਖਾਣਾ ਆਰਾਮ ਨਾਲ ਪਚਾ ਸਕਣ, ਜਿੱਦਾਂ ਚੱਕੀ ਵਿੱਚ ਜਿੱਦਾਂ ਮਰਜ਼ੀ ਗੇਹੂੰ ਪਾ ਦਿਓ, ਜੇ ਚੱਕੀ ਤਗੜੀ ਹੈ ਤੇ ਉਹਨੇ ਗੇਹੂੰ ਨੂੰ ਪਚਾ ਹੀ ਦੇਣਾ. ਮੈਂ ਇਹ ਦੇਖਿਆ ਕਿ ਚਾਹੇ ਕਿਸੇ ਨੂੰ ਐਲਰਜੀ ਹੈ ਚਾਹੇ ਨਹੀਂ ਹੈ, ਉਹਨੇ ਦੇਸੀ ਗਾਂ ਦਾ ਦੇਸੀ ਘਿਓ ਆਪਣੇ ਨੱਕ ਵਿੱਚ ਪਾਉਣਾ ਸ਼ੁਰੂ ਕਰ ਦਿੱਤਾ, ਇਹਦੇ ਤੇ ਕੁਛ ਚਾਨਣਾ ਪਾਓ. ਜਿਹੜਾ ਦੇਸੀ ਗਾਂ ਦਾ ਦੇਸੀ ਘਿਓ ਆ, ਇਹਦੇ ਚ ਇੰਨੇ ਕੁ ਗੁਣ ਆ, ਇੱਕ ਤਾਂ ਇਹ ਨੱਕ ਦੇ ਝਿੱਲੀ ਦੇ ਉੱਪਰ ਇੱਕ ਪਰਤ ਬਣਾ ਲੈਂਦਾ, ਜਿਹਦੇ ਨਾਲ ਐਲਰਜੀ ਦੇ ਕਣ ਜਿਹੜੇ ਨੇ ਉਹ ਨੱਕ ਦੇ ਨਾਲ ਟੱਚ ਨਹੀਂ ਕਰ ਪਾਉਂਦੇ, ਸਾਰਾ ਦਿਨ ਨੱਕ ਬਚਿਆ ਰਹਿੰਦਾ ਐਲਰਜੀ ਦੇ ਕਣਾਂ ਤੋਂ. ਅੱਛਾ, ਨਿਛਾਣੀਆਂ ਰੁਕ ਜਾਂਦੀਆਂ, ਗਲੇ 'ਚ ਰੇਸ਼ਾ ਡਿੱਗਣਾ ਜਿਹੜਾ ਘੱਟ ਜਾਂਦਾ. ਇੱਕ ਦੂਸਰਾ ਇਹ ਸੌਮੇ ਹੁੰਦਾ, ਐਲਰਜੀ ਦੇ ਐਲੀਮੈਂਟ ਨੂੰ ਖੂਨ ਚੋਂ ਕੱਢਦਾ, ਸਰੀਰ ਚੋਂ ਕੱਢਦਾ. ਇਸ ਕਰਕੇ ਐਲਰਜੀ ਦੇ ਇਲਾਜ ਵਿੱਚ ਨੱਕ ਵਿੱਚ ਗਾਂ ਦਾ ਘਿਓ ਅਸੀਂ ਪਾਉਣ ਨੂੰ ਕਹਿੰਦੇ ਹਾਂ. ਪਹਿਲਾ ਮੂਲ ਮੰਤਰ ਅਸੀਂ ਇਹ ਦੱਸਦੇ ਹਾਂ, ਤੁਸੀਂ ਲਓ ਅੱਜ ਪਾਉਣਾ ਸ਼ੁਰੂ ਕਰ ਦਿਓ ਜਿਹਨੂੰ ਐਲਰਜੀ ਹੈ, ਛਿੱਕਾਂ ਆਉਂਦੇ ਹਾਂ, ਦੇਖੋ 1-1.5 ਮਹੀਨੇ 'ਚ ਕਿਵੇਂ ਫਰਕ ਪੈਣਾ ਸ਼ੁਰੂ ਹੋ ਜਾਂਦਾ. ਦੂਜਾ ਇਹ ਸੌਮੇ ਹੁੰਦਾ, ਦਿਮਾਗ ਦੀਆਂ ਨਾੜਾਂ ਨੂੰ ਇੰਨੀ ਤਾਕਤ ਮਿਲਦੀ ਹੈ, ਸਮਰਨ ਸ਼ਕਤੀ ਉਮਰ ਦੇ ਹਿਸਾਬ ਨਾਲ ਕਦੇ ਘੱਟਦੀ ਨਹੀਂ. ਅੱਛਾ ਜੀ, ਵਾਲ ਝੜਨੇ ਬੰਦ ਹੋ ਜਾਂਦੇ ਨੇ, ਚਿੱਟੇ ਆਉਣੇ ਬੰਦ ਹੋ ਜਾਂਦੇ ਨੇ, ਅੱਖਾਂ ਨੂੰ ਅੱਖਾਂ ਦੀ ਰੋਸ਼ਨੀ ਜਿਹੜੀ ਆ ਇੰਪਰੂਵ ਹੁੰਦੀ ਹੈ. ਸੋ ਨੱਕ ਵਿੱਚ ਘਿਓ ਪਾਉਣਾ ਬਹੁਤ ਹੀ ਲਾਹੇਵੰਦ ਮੰਨਿਆ ਜਾਂਦਾ. ਤੇ ਸਾਨੂੰ ਪੂਰੀ ਉਮੀਦ ਹੈ ਕਿ ਜੇ ਤੁਸੀਂ ਵੀ ਇਹਨਾਂ ਬਿਮਾਰੀਆਂ ਦੇ ਨਾਲ ਪੀੜਿਤ ਹੋ ਤਾਂ ਤੁਸੀਂ ਜ਼ਰੂਰ ਆਰੋਗਿਅਮ ਆਯੁਰਵੈਦਿਕ ਐਲਰਜੀ ਹਸਪਤਾਲ ਵਿੱਚ ਆ ਕੇ ਇਹਨਾਂ ਬਿਮਾਰੀਆਂ ਦਾ ਇਲਾਜ ਕਰਾਓਗੇ ਤੇ ਜ਼ਿੰਦਗੀ ਦਾ ਆਨੰਦ ਉਠਾਓਗੇ, ਕਿਉਂਕਿ ਤੁਹਾਨੂੰ ਯਾਦ ਹੈ ਨਾ ਸਭ ਤੋਂ ਪਹਿਲਾਂ ਨਿਰੋਗੀ ਕਾਇਆ. ਸੋ ਆਪਣੀ ਕਾਇਆ ਨੂੰ ਨਿਰੋਗੀ ਬਣਾਓ, ਜ਼ਿੰਦਗੀ ਦਾ ਆਨੰਦ ਉਠਾਓ, ਖੁਸ਼ ਰਹੋ, ਆਬਾਦ ਰਹੋ. ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਸਾਡੇ ਸਟੂਡੀਓ ਵਿੱਚ ਆਏ, ਸਾਡੇ ਦਰਸ਼ਕਾਂ ਨੂੰ ਬਹੁਤ ਲਾਹੇਵੰਦ ਗੱਲਾਂ ਦੱਸੀਆਂ. ਥੈਂਕ ਯੂ. ਜੇ ਵੀ ਕਿਸੇ ਵੀ ਇਨਸਾਨ ਨੂੰ ਪੁਰਾਣਾ ਜ਼ੁਕਾਮ
ਜਾਂ ਦਮੇ ਦੀ ਸ਼ਿਕਾਇਤ ਹੈ ਜਾਂ ਚਮੜੀ ਦੀ ਐਲਰਜੀ ਹੈ ਜਾਂ ਗੇਹੂੰ ਦੀ ਐਲਰਜੀ ਹੈ ਤਾਂ ਤੁਹਾਨੂੰ ਇਸ ਤੋਂ ਘਬਰਾਉਣ ਦੀ ਬਿਲਕੁਲ ਲੋੜ ਨਹੀਂ ਕਿਉਂਕਿ ਆਯੁਰਵੇਦ ਵਿੱਚ ਇਸ ਦਾ ਇਲਾਜ ਹੈਗਾ। ਜੇ ਤੁਸੀਂ ਕੋਈ ਹੋਰ ਜਾਣਕਾਰੀ ਲੈਣਾ ਚਾਹੁੰਦੇ ਹੋ ਤੇ ਸਾਡੇ ਹੈਲਪਲਾਈਨ ਨੰਬਰ ਨੋਟ ਕਰ ਲਓ 9216092124 ਅਤੇ 9216092125 ਨੰਬਰ ਇੱਕ ਵਾਰੀ ਫੇਰ ਨੋਟ ਕਰ ਲਓ 9216092124 ਅਤੇ 9216092125।